ਲਓ ਜੀ, ਗੁਲਾਬ ਦੀਆਂ ਪੱਤੀਆਂ ਸੁਕਾ ਲਈਆਂ ਕਿਉਂਕਿ ਫੁੱਲ ਊਂ ਵੀ ਡਿੱਗ ਕੇ ਵੇਸਟ ਹੀ ਹੁੰਦੇ ਨੇਗੇ ਅਤੇ ਇਹ ਬਹੁਤ ਸਾਰੇ ਕੰਮ ਆਉਂਦੇ ਨੇ, ਅਤੇ ਉਹ ਮੈਂ ਦੱਸ ਦਿਆਂ ਵੀ ਆਪਾਂ ਕਿੱਥੇ ਕਿੱਥੇ ਵਰਤਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਬਣਾਵਾਂਗੇ ਜੀ, ਹੁਣ ਜਿਵੇਂ ਗਰਮੀਆਂ ਦਾ ਟਾਈਮ ਆ ਰਿਹਾ ਹੈਗਾ ਅਤੇ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਜੀ। ਇਹਦੇ ਵਾਸਤੇ ਆਪਾਂ ਲਏ ਨੇ ਜੀ 3 ਚਮਚ ਗੁਲਾਬ ਦੇ ਫੁੱਲਾਂ ਦੀਆਂ ਜਿਹੜੀਆਂ ਪੱਤੀਆਂ ਲਈਆਂ ਨੇ। ਆਪਾਂ ਸੁੱਕੀ ਹੋਈ ਤੁਲਸੀ ਲਈ ਹੈ ਜੀ, ਇਹ 2 ਚਮਚ ਲਈ ਆ, 2 ਚਮਚੇ ਆਪਾਂ ਲਈਏ ਜੀ ਸੌਂਫ, ਅਤੇ 2 ਚਮਚੇ ਆਪਾਂ ਲਈਆਂ ਨੇ ਜੀ ਹਰੀ ਇਲਾਇਚੀ, ਅਤੇ 1 ਚਮਚ ਲੌਂਗ, ਅਤੇ 1 ਸਟਿੱਕ ਜੀ ਲਈ ਹੈ ਜੀ ਆਪਾਂ ਦਾਲਚੀਨੀ ਦੀ, ਅਤੇ 2 ਆਪਾਂ ਲਈਆਂ ਨੇ ਮਲੱਠੀਆਂ। ਹੁਣ ਜਿਹੜੇ ਮੋਟੇ ਭਾਗ ਨੇ ਜੀ ਉਹਨਾਂ ਨੂੰ ਆਪਾਂ ਇੱਕ ਮਤਲਬ ਵੀ ਪਾ ਕੇ ਇਹਨੂੰ ਕੁੱਟ ਲੈਂਦੇ ਹੈਗੇ ਕੁੰਡੀ 'ਚ, ਆ ਜਿਵੇਂ ਹੁਣ ਵੀ ਜ਼ਿਆਦਾ ਹਾਰਡ ਨੇਗੇ ਆਪਣੀ ਮਿਕਸੀ ਖਰਾਬ ਹੋ ਸਕਦੀ ਹੈਗੀ। ਦਾਲਚੀਨੀ ਹੋ ਗਈ ਜੀ, ਹਰੀਆਂ ਇਲਾਇਚੀਆਂ ਹੋ ਗਈਆਂ, ਇਹਨਾਂ ਨੂੰ ਆਪਾਂ ਮੋਟਾ ਮੋਟਾ ਕੁੱਟ ਲੈਂਦੇ, ਅਤੇ ਉਸ ਤੋਂ ਬਾਅਦ ਮੈਂ ਦੱਸੂੰਗੀ ਆਪਾਂ ਕੀ ਚੀਜ਼ ਬਣਾਉਣ ਲੱਗ ਗਏ। ਇਹ ਇੰਨੀ ਜ਼ਿਆਦਾ ਫਾਇਦੇਮੰਦ ਆ, ਹਰੇਕ ਇਨਸਾਨ ਬਣਾਊਗਾ ਜੀ, ਅਤੇ ਵਧੀਆ ਮਤਲਬ ਆਪਣੀ ਸਿਹਤ ਵਾਸਤੇ ਵੀ ਫਾਇਦਾ ਕਰੂ ਜੀ ਇਹ, ਅਤੇ ਨਾਲੇ ਇਹਦੇ ਗੁਣ ਜਿਹੜੇ ਉਹ ਵੀ ਆਪਾਂ ਸਾਰੇ ਦੱਸਾਂਗੇ ਜੀ। ਅਤੇ ਹੁਣ ਆਪਾਂ ਇਹਨੂੰ ਕੁੱਟ ਲਏ ਅਤੇ ਫਿਰ ਆਪਾਂ ਇਹਦਾ ਬਣਾਵਾਂਗੇ ਜੀ ਪਾਊਡਰ। ਲਓ ਜੀ, ਇਹਨੂੰ ਆਪਾਂ ਮੋਟੇ ਮੋਟੇ ਕੁੱਟ ਲਿਆ, ਅਤੇ ਆਹ ਦੇਖੋ ਜੀ ਮਲੱਠੀ ਆਪਣੀ ਐਵੇਂ ਹੋ ਗਈ, ਕਿਉਂਕਿ ਜੇਕਰ ਆਪਾਂ ਡਾਇਰੈਕਟ ਪਾ ਦਿੰਦੇ ਤਾਂ ਆਪਣੀ ਮਿਕਸੀ ਖਰਾਬ ਹੋ ਸਕਦੀ ਸੀਗੀ। ਅਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਇਹਦਾ ਪਾਊਡਰ ਆਪਾਂ ਤਿਆਰ ਕਰ ਲੈਣੇ ਜੀ। ਇਹ ਆਪਾਂ ਇਕੱਲਾ ਐਵੇਂ ਨਹੀਂ ਹੈਗਾ ਵੀ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਪੀਸ ਕੇ ਪਾਊਡਰ ਬਣਾ ਕੇ ਇਹ ਤੋਂ ਬਣ ਜੂਗਾ ਜੀ ਚਾਹ ਦਾ ਮਸਾਲਾ, ਇਹ ਆਪਾਂ ਇਕੱਲਾ ਚਾਹ ਦਾ ਮਸਾਲਾ ਹੀ ਨਹੀਂ ਬਣਾਵਾਂਗੇ। ਜਿਹੜੇ ਆਹ ਹੈਗੇ ਨੇ ਜੀ ਗੁਲਾਬ ਦੀਆਂ ਪੱਤੀਆਂ ਤੁਲਸੀਆਂ, ਇਹ ਤੋਂ ਵੀ ਇੱਕ ਬਹੁਤ ਹੋਰ ਵਧੀਆ ਚੀਜ਼ ਬਣੂਗੀ ਜੀ, ਉਹ ਵੀ ਆਪਾਂ ਬਣਾ ਕੇ ਦੱਸਾਂਗੇ। ਹੁਣ ਜਿਵੇਂ ਗਰਮੀ ਦਾ ਟਾਈਮ ਆ, ਆਪਾਂ ਜਿਵੇਂ ਹੁਣ ਅਦਰਕ ਪਾ ਲਿਆ ਜੀ, ਲੌਂਗ ਪਾ ਲਏ, ਜਮੈਣ ਪਾ ਲਈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਜਿਹੜਾ ਬਣਾਇਆ ਹੁੰਦਾ ਜੀ ਆਪਾਂ ਚਾਹ ਦਾ ਮਸਾਲਾ, ਉਹ ਆਪਾਂ ਗਰਮੀ 'ਚ ਯੂਜ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਆਉਣ ਲਈ ਗਰਮੀ ਵਾਸਤੇ ਬਣ ਗਈਆਂ ਨੇ, ਉਹ ਆਪਾਂ ਠੰਡ 'ਚ ਪੀਂਦੇ ਹੁੰਦੇ ਸੀਗੇ, ਅਤੇ ਇਹ ਆਪਾਂ ਹੁਣ ਗਰਮੀ 'ਚ ਬਣਾਵਾਂਗੇ ਜੀ। ਠੀਕ ਹੈ ਜੀ, ਆਹ ਗੁਲਾਬ ਦੀਆਂ ਪੱਤੀਆਂ ਰਮਣੇ ਨਾਲੇ ਜਿਹੜੀਆਂ ਪਾਈਆਂ ਨੇ ਫਲੇਵਰ ਸੋਹਣਾ ਹੋਊਗਾ ਚਾਹ ਦਾ, ਹਨਾ? ਹਾਂਜੀ ਹਾਂਜੀ, ਫਲੇਵਰ ਵੀ ਵਧੀਆ ਆਊਗਾ ਜੀ, ਅਤੇ ਮਤਲਬ ਇਹਦੇ ਗੁਣ ਵੀ ਬਹੁਤ ਨੇ। ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਜੀ, ਉਹਦਾ ਕਰਕੇ ਹੁਣ ਜਿਵੇਂ ਗਲੇ ਖਰਾਬ ਹੋ ਰਹੇ ਨੇਗੇ, ਜਾਂ ਹਲਕਾ ਬੁਖਾਰ ਆਉਣ ਦੀ ਪ੍ਰੋਬਲਮ ਆਉਂਦੀ ਹੈ, ਜਾਂ ਹੋਰ ਵੀ ਇਨਫੈਕਸ਼ਨ ਹੁੰਦੀ ਹੈਗੀ, ਉਹਦੇ ਵਾਸਤੇ ਜਿਹੜੀ ਤੁਲਸੀ ਉਹ ਵੀ ਬਹੁਤ ਫਾਇਦਾ ਕਰਦੀ ਆ। ਗੁਲਾਬ ਦੇ ਫੁੱਲ ਹੋ ਗਏ ਜੀ, ਲੌਂਗ ਇਲਾਇਚੀਆਂ ਜਿਹੜੀਆਂ ਪਾਈਆਂ ਨੇਗੀਆਂ, ਨਾਲੇ ਤਾਂ ਫਲੇਵਰ ਵਾਸਤੇ ਵਧੀਆ ਨੇ, ਨਾਲੇ ਗਲਾ ਸਾਫ਼ ਕਰਦੇ ਨੇ। ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜ੍ਹਾ, ਜੇਕਰ ਮਤਲਬ ਵੀ ਹੁਣ ਦਿਓ ਮਹੀਨਾ ਕੁ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜ੍ਹੀਆਂ ਤੁਸੀਂ ਕਾਲੀਆਂ ਮਿਰਚਾਂ ਪਾ ਸਕਦੇ ਹੋ, ਅਤੇ ਨਹੀਂ ਗਰਮੀ ਵਿੱਚ ਜਿਹੜੀਆਂ ਕਾਲੀਆਂ ਮਿਰਚਾਂ ਉਹਨਾਂ ਨੂੰ ਆਪਾਂ ਮਤਲਬ ਵੀ ਨਾ ਪਾਵਾਂਗੇ, ਕਿਉਂਕਿ ਉਹ ਗਰਮ ਨੇਗੀਆਂ, ਅਤੇ ਜਿਹੜਾ ਆਪਣਾ ਇਹ ਚਾਹ ਦਾ ਮਸਾਲਾ ਬਣੂਗਾ ਉਹ ਫਿਰ ਗਰਮੈਸ਼ ਹੀ ਦਊਗਾ ਗਰਮੀ 'ਚ। ਇਸ ਕਰਕੇ ਥੋੜ੍ਹੀਆਂ ਜਿਹੀਆਂ ਇਹ ਚੀਜ਼ਾਂ ਪਾ ਕੇ ਜਿਹੜਾ ਮਸਾਲਾ ਗਰਮੀ ਵਾਸਤੇ ਉਹ ਆਪਾਂ ਤਿਆਰ ਕਰਾਂਗੇ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ, ਅਤੇ ਗੁਲਾਬ ਦੀਆਂ ਪੱਤੀਆਂ ਆਪਾਂ ਐਵੇਂ ਰੱਖ ਲਾਂਗੇ ਜੀ, ਸੋਹਣੀਆਂ ਵੀ ਲੱਗਣਗੀਆਂ, ਅਤੇ ਜ਼ਿਆਦਾ ਪੀਸ ਕੇ ਤਾਂ ਫਿਰ ਇਹ ਚਾਹ 'ਚ ਹੇਠਾਂ ਦੀ ਗਾਰ ਜੀ ਬਣ ਜੂਗੀ ਜੀ। ਇਸ ਕਰਕੇ ਜਿਹੜੀਆਂ ਪੱਤੀਆਂ ਨੇਗੀਆਂ ਇਹ ਆਪਾਂ ਐਵੇਂ ਰੱਖ ਲਾਂਗੇ ਜੀ। ਹੁਣ ਆਪਾਂ ਇਹਨੂੰ ਪੀਸ ਲੈਂਦੇ ਹਾਂ ਜੀ। ਲਓ ਜੀ, ਇਹਨੂੰ ਆਪਾਂ ਪੀਸ ਲਿਆ, ਅਤੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਜੀ ਆ ਗੁਲਾਬ ਦੀਆਂ ਪੱਤੀਆਂ ਦੇ ਨਾਲ, ਅਤੇ ਇਹ ਬਣ ਕੇ ਹੋ ਗਿਆ ਜੀ ਤਿਆਰ ਆਪਣਾ ਚਾਹ ਦਾ ਮਸਾਲਾ। ਇਹ ਦਰਦਰਾ ਜੀ ਰੱਖਣਾ ਉਹਨੇ? ਹਾਂਜੀ, ਦਰਦਰਾ ਜੀ, ਠੀਕ ਹੈ ਜੀ। ਊਂ ਤਾਂ ਵੈਸੇ ਬਰੀਕ ਹੋ ਗਿਆ, ਪਰ ਜਿਹੜੀ ਮਲੱਠੀ ਹੈ ਥੋੜ੍ਹੀ ਹਾਰਡ ਹੁੰਦੀ ਹੈ ਜੀ, ਇਸ ਕਰਕੇ ਥੋੜ੍ਹੀ ਜਿਹੀ ਮਤਲਬ ਮੋਟੀ ਹੈ, ਕੋਈ ਗੱਲ ਨਹੀਂ, ਵਿੱਚ ਆਪਾਂ ਫਿਰ ਥੋੜ੍ਹੀ ਥੋੜ੍ਹੀ ਪਾ ਕੇ ਬਣਾਉਣੀ ਹੈ ਜੀ, ਅਤੇ ਵਿੱਚ ਇਹਦਾ ਜਿਹੜਾ ਵਧੀਆ ਹੈਗਾ ਮਤਲਬ ਸਾਰਿਆਂ ਦਾ ਰਸ ਆ ਜਾ ਕਰੂਗਾ, ਅਤੇ ਬਹੁਤ ਵਧੀਆ ਜਿਹੜੀ ਚਾਹ ਬਣ ਕੇ ਉਹ ਤਿਆਰ ਹੋ ਜੂਗੀ ਜੀ। ਇਹਨੂੰ ਆਪਾਂ ਆ ਜਾ ਕਰੂਗਾ, ਹਾਂਜੀ, ਏਅਰ ਟਾਈਟ ਕੰਟੇਨਰ 'ਚ ਹੀ ਪਾ ਕੇ ਰੱਖਾਂਗੇ ਤਾਂ ਜੋ ਇਹ ਸਿੱਲ ਨਾ ਫੜੇ, ਵਧੀਆ ਪਿਆ ਰਹੇ ਜੀ। ਅਤੇ ਇਹ ਮਸਾਲੇ ਦੇ ਬਹੁਤ ਫਾਇਦੇ ਨੇ ਜੀ, ਹੁਣ ਜਿਵੇਂ ਗਲਾ ਖਰਾਬ ਆ ਜਾਂ ਜਿਵੇਂ ਹਲਕਾ ਜਿਹਾ ਬੁਖਾਰ ਹੁੰਦਾ ਗਾ, ਤਾਂ ਉਦੋਂ ਆਪਾਂ ਇਹਨੂੰ ਬਣਾ ਕੇ ਪੀ ਸਕਦੇ ਹਾਂ ਜੀ। ਉਹ ਵੀ ਸੀਜ਼ਨ ਅਕੋਰਡਿੰਗ ਜੀ, ਜਿਵੇਂ ਹੁਣ ਮੌਸਮ ਬਦਲ ਰਿਹਾ ਗਿਆ, ਅਤੇ ਉਹਦੀ ਵਜ੍ਹਾ ਕਰਕੇ ਜੋ ਵੀ ਪ੍ਰੋਬਲਮ ਆਉਂਦੀਆਂ ਨੇ ਉਹਦੇ ਵਾਸਤੇ ਆਪਾਂ ਨੂੰ ਪ੍ਰੋਟੈਕਟ ਕਰੂ। ਬਹੁਤ ਵਧੀਆ ਮਸਾਲਾ ਜੀ, ਗਰਮੀ 'ਚ ਵੀ ਆਪਾਂ ਨੂੰ ਠੰਡਕ ਦਊਗਾ, ਅਤੇ ਜਿਹੜਾ ਚਾਹ ਦਾ ਸਵਾਦ ਉਹ ਵੀ ਬਹੁਤ ਵਧੀਆ ਹੋ ਜੂਗਾ, ਅਤੇ ਨਾਲੇ ਫਲੇਵਰ ਵਾਸਤੇ ਇਹ ਚੀਜ਼ਾਂ ਆਪਾਂ ਐਡ ਕਰਕੇ ਚਾਹ ਦਾ ਮਸਾਲਾ ਜਿਹੜਾ ਉਹ ਆਪਾਂ ਬਣਾ ਸਕਦੇ ਹਾਂ ਜੀ। ਅਤੇ ਹੁਣ ਗੱਲ ਕਰਦੇ ਹਾਂ ਜੀ ਜਿਹੜੀਆਂ ਸੁੱਕੀਆਂ ਗੁਲਾਬ ਦੀਆਂ ਪੱਤੀਆਂ ਨੇ, ਇਹਦੇ ਵੀ ਬਹੁਤ ਫਾਇਦੇ ਹੁੰਦੇ ਨੇ, ਤੁਲਸੀ ਦੇ ਬਹੁਤ ਫਾਇਦੇ ਨੇਗੇ। ਹੁਣ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਫਿੰਸੀਆਂ ਹੁੰਦੀਆਂ ਨੇਗੀਆਂ, ਉਹਦੀ ਵਜ੍ਹਾ ਕਰਕੇ ਜਿਹੜਾ ਫੇਸ ਆ ਬਹੁਤ ਹੀ ਜ਼ਿਆਦਾ ਡੱਲ ਹੋ ਜਾਂਦਾ ਗਾ, ਤਾਂ ਆਪਾਂ ਫਿੰਸੀਆਂ ਤੋਂ ਕਿਵੇਂ ਰਾਹਤ ਪਾ ਸਕਦੇ ਹਾਂ? ਅਤੇ ਹੁਣ ਆਪਾਂ ਲਵਾਂਗੇ ਜੀ ਥੋੜ੍ਹੀਆਂ ਜਿਹੀਆਂ ਗੁਲਾਬ ਦੀਆਂ ਪੱਤੀਆਂ, ਆਹ ਆਪਾਂ ਲਈਆਂ ਹੋਈਆਂ ਨੇ ਜੀ, ਇਹਦਾ ਆਪਾਂ ਪਾਊਡਰ ਤਿਆਰ ਕਰ ਲਾਂਗੇ ਜੀ। ਅਤੇ ਇੱਕ ਆਪਾਂ ਲਵਾਂਗੇ ਤੁਲਸੀ, ਦੋਨਾਂ ਚੀਜ਼ਾਂ ਦਾ ਆਪਾਂ ਪਾਊਡਰ ਅਲੱਗ ਅਲੱਗ ਤਿਆਰ ਕਰ ਲੈਣਾ ਜੀ। ਹੁਣ ਮੈਂ ਇਹਨੂੰ ਸਾਫ਼ ਕਰ ਲਾਂ ਜੀ, ਫਿਰ ਆਪਾਂ ਗੁਲਾਬ ਦੀਆਂ ਪੱਤੀਆਂ ਦਾ ਪਾਊਡਰ ਤਿਆਰ ਕਰਾਂਗੇ ਜੀ। ਸਭ ਤੋਂ ਪਹਿਲਾਂ ਲਓ ਜੀ ਆਪਾਂ ਇੱਕੋ ਜਿਹੀ ਮਾਤਰਾ 'ਚ ਲੈ ਲਏ, ਇਹ ਆਪਾਂ ਲੈ ਲਈਆਂ ਜੀ ਗੁਲਾਬ ਦੀਆਂ ਪੱਤੀਆਂ,
ਤੇ ਆਹ ਪਲਈ ਹੈ ਜੀ ਤੁਲਸੀ, ਤੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਪਾਊਡਰ ਫਾਰਮ 'ਚ ਤਿਆਰ ਕਰ ਲੈਣਾ ਚੰਗੀ ਤਰ੍ਹਾਂ ਛਾਣ ਕੇ, ਅਤੇ ਵਧੀਆ ਇਹਦਾ ਜਿਹੜਾ ਆਪਾਂ ਪਾਊਡਰ ਉਹ ਤਿਆਰ ਕਰ ਲਵਾਂਗੇ ਜੀ। ਹੁਣ ਆਪਾਂ ਇਹਨੂੰ ਛਾਣ ਲਈ ਤਾਂ ਫਿਰ ਦੱਸਾਂਗੇ ਕਿਵੇਂ ਲਾਉਣੀ ਹੈ, ਜਿਹਨਾਂ ਦੇ ਬਹੁਤ ਹੀ ਜ਼ਿਆਦਾ ਫੈਂਸੀਆਂ ਨੇ ਛਾਈਆਂ ਨੇ ਉਹਦੇ ਵਾਸਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣ ਕੇ ਤਿਆਰ ਹੋਊਗੀ। ਲਓ ਜੀ ਹੁਣ ਆਪਾਂ ਇਹਨੂੰ ਪੀਸ ਲਿਆ, ਅਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਤਾਂ ਜੋ ਵੀ ਮੋਟਾ ਪੀਸ ਹੋਊਗਾ ਉਹ ਬਾਹਰ ਨਿਕਲ ਜੇ, ਅਤੇ ਆਪਾਂ ਨੂੰ ਜਿਹੜਾ ਬਰੀਕ ਪਾਊਡਰ ਆ ਉਹੀ ਚਾਹੀਦਾ ਜੀ। ਠੀਕ ਹੈ ਜੀ, ਇਹ ਬਣ ਗਿਆ ਆਪਣਾ ਫੁਣਸੀ ਪੈਕ। ਹਾਂਜੀ, ਅਤੇ ਚਲੋ ਇਸ ਨਾਲ ਹੀ ਛਾਣ ਲੈਂਦੇ ਹਾਂ ਜੀ। ਠੀਕ ਹੈ, ਛਾਣਨੀ ਚੱਕਣ ਜਾਵਾਂਗੇ। ਬਸ ਆਪਾਂ ਨੂੰ ਬਰੀਕ ਪਾਊਡਰ ਚਾਹੀਦਾ ਜੀ, ਅਤੇ ਮੈਂ ਇਸੇ ਨਾਲ ਹੀ ਕਰ ਲੈਂਦੀ ਹਾਂ। ਅਤੇ ਜਿਹੜਾ ਮੋਟਾ ਗਾ ਇਹ ਵੀ ਆਪਾਂ ਵਰਤ ਸਕਦੇ ਹਾਂ, ਜਿਵੇਂ ਧੂਫ ਵਗੈਰਾ ਪਾਉਂਦੇ ਹਾਂ ਜੀ, ਹੁਣ ਜਿਵੇਂ ਆਪਣੇ ਵੀ ਚੁੱਲ੍ਹੇ 'ਚ ਹੁੰਦੀ ਹੈ ਜੀ ਅੱਗ, ਹਾਂਜੀ, ਜਿਵੇਂ ਆਪਣੇ ਪਿੰਡਾਂ 'ਚ ਬਸ ਕੜਛੀ 'ਚ ਪਾ ਕੇ ਅੱਗ, ਉਹ 'ਤੇ ਆਪਾਂ ਯੂਜ ਕਰ ਸਕਦੇ ਹਾਂ। ਇਹਨਾਂ ਨੂੰ ਵਿੱਚ ਥੋੜ੍ਹਾ ਜਿਹਾ ਜਿਵੇਂ ਨਾਰੀਅਲ ਦਾ ਤੇਲ ਪਾ ਲਿਆ ਜਾਂ ਖੋਪੇ ਦਾ ਜਿਹੜਾ ਮਤਲਬ ਵੀ ਉਹਨੂੰ ਕੱਦੂਕਸ ਕਰਕੇ ਉਹ ਪਾ ਸਕਦੇ ਹਾਂ। ਇਹਦੇ ਵਿੱਚ ਬਹੁਤ ਵਧੀਆ ਸਮੈਲ ਆਉਂਦੀ ਹੈ ਜੀ, ਮਤਲਬ ਘਰ ਵਧੀਆ ਵੀ ਬਹੁਤ ਜ਼ਿਆਦਾ ਖੁਸ਼ਬੂਦਾਰ ਬਣ ਜਾਂਦਾ ਗਾ, ਮਹਿਕਣ ਲੱਗ ਜਾਂਦਾ ਜਿਵੇਂ ਆਪਣੀ ਅਗਰਬੱਤੀ 'ਚੋਂ ਖੁਸ਼ਬੂ ਆਉਂਦੀ ਹੁੰਦੀ। ਹਾਂਜੀ ਹਾਂਜੀ, ਇਹ ਆਪਾਂ ਵੇਸਟ ਕਰਕੇ ਨਹੀਂ ਸੁੱਟਦੇ, ਆਪਾਂ ਇਵੇਂ ਯੂਜ ਕਰ ਸਕਦੇ ਹਾਂ ਜੀ। ਠੀਕ ਹੈ ਜੀ, ਲਓ ਜੀ ਪਾਊਡਰ ਬਣ ਕੇ ਹੋ ਗਿਆ ਜੀ। ਜਿਹੜਾ ਆਹ ਨੀਚੇ ਬਰੀਕ ਪਾਊਡਰ ਬਣ ਗਿਆ ਇਹ ਆਪਾਂ ਵਰਤ ਲੈਣਾ ਪੈਕ 'ਚ। ਹਾਂਜੀ, ਅਤੇ ਇਹਦੇ ਵਿੱਚ ਆਪਾਂ ਨਿੰਮ ਦਾ ਪਾਊਡਰ ਵੀ ਪਾ ਸਕਦੇ ਹਾਂ ਜੀ ਥੋੜ੍ਹਾ ਜਿਹਾ, ਜਿਹਨਾਂ ਦੇ ਬਹੁਤ ਹੀ ਜ਼ਿਆਦਾ ਫੈਂਸੀਆਂ ਨੇ, ਅਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ। ਜਿਵੇਂ ਕਈ ਵਾਰ ਫੰਗਸ ਇਨਫੈਕਸ਼ਨ ਹੋ ਜਾਂਦੀ ਹੈ ਜੀ ਮੂੰਹ 'ਤੇ ਵੀ, ਬਹੁਤ ਹੀ ਜ਼ਿਆਦਾ ਮਤਲਬ ਆਪਣੇ ਵੀ ਬੈਕਟੀਰੀਆ ਹੁੰਦੇ ਨੇ ਜਿਹੜੇ ਮਤਲਬ ਵੀ ਬਹੁਤ ਹੀ ਜ਼ਿਆਦਾ ਆਪਣੇ ਫੈਂਸੀਆਂ ਨੂੰ ਵਧਾਉਂਦੇ ਨੇ, ਜਾਂ ਹੋਰ ਵੀ ਅੰਦਰੂਨੀ ਤੌਰ 'ਤੇ ਜੋ ਵੀ ਪ੍ਰੋਬਲਮ ਆਉਂਦੀਆਂ ਨੇ ਉਹਦੀ ਵਜ੍ਹਾ ਕਰਕੇ ਜਿਹੜਾ ਫੇਸ 'ਤੇ ਪ੍ਰੋਬਲਮ ਆਉਂਦੀ ਹੈ ਉਹ ਤੋਂ ਆਪਾਂ ਨੂੰ ਰਾਹਤ ਮਿਲਦੀ ਹੈ ਜੀ। ਅਤੇ ਲਾਉਣਾ ਕਿਵੇਂ ਆਰਾਮ ਨਾਲ ਇਹ? ਹਾਂਜੀ, ਇਹਦੇ ਵਾਸਤੇ ਆਪਾਂ ਲਵਾਂਗੇ ਜੀ 1 ਚਮਚ ਇਹ ਪਾਊਡਰ ਦਾ। ਠੀਕ ਹੈ ਜੀ, ਇਹ ਪਾਊਡਰ ਪਾ ਲੈਂਦੇ ਹਾਂ ਜੀ ਆਪਾਂ 1 ਚਮਚ। ਹਾਂਜੀ, ਇਹ ਆਪਾਂ ਵੱਧ ਘੱਟ ਪਾ ਸਕਦੇ ਹਾਂ ਜੀ, ਅਤੇ 1/2 ਚਮਚ ਆਪਾਂ ਪਾਵਾਂਗੇ ਜੀ ਚੰਦਨ ਪਾਊਡਰ। ਇਹਦੀ ਥਾਂ ਆਪਾਂ ਮੁਲਤਾਨੀ ਮਿੱਟੀ ਵੀ ਲੈ ਸਕਦੇ ਹਾਂ, ਕੋਈ ਮਤਲਬ ਵੀ ਦੋਨਾਂ ਚੀਜ਼ਾਂ 'ਚ ਕੋਈ ਵੀ ਇੱਕ ਚੀਜ਼ ਪਾ ਸਕਦੇ ਹਾਂ ਜੀ। ਠੀਕ ਹੈ ਜੀ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁਲਾਬ ਜਲ। ਵਿੱਚ ਕਹਿੰਦੇ ਨੇ ਵੀ ਦੁੱਧ ਵੀ ਪਾ ਲਓ, ਪਰ ਜਿਨ੍ਹਾਂ ਦੇ ਫੈਂਸੀ ਉਹਨਾਂ ਨੂੰ ਦੁੱਧ ਨਹੀਂ ਪਾਉਣਾ ਚਾਹੀਦਾ ਜੀ, ਅਸੀਂ ਇਹਦੇ ਵਿੱਚ ਆਪਾਂ ਗੁਲਾਬ ਜਲ ਹੀ ਪਾਵਾਂਗੇ। ਦੁੱਧ ਸੰਧਾ ਜਿਹਾ ਹੁੰਦਾ ਫਿਰ ਕਈ ਵਾਰ ਉਹ ਜ਼ਿਆਦਾ। ਹਾਂਜੀ ਹਾਂਜੀ, ਓਇਲੀ। ਹਾਂਜੀ ਹਾਂਜੀ, ਸਹੀ ਗੱਲ ਹੈ ਜੀ। ਅਤੇ ਲਓ ਜੀ 1 ਚਮਚ ਆਪਾਂ ਪਾ ਲਿਆ ਜੀ ਗੁਲਾਬ ਜਲ, ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਠੀਕ ਹੈ, ਹੋਰ ਪਾ ਲੈਂਦੇ ਹਾਂ ਜੀ ਮਤਲਬ ਵਧੀਆ ਪਤਲਾ ਜਿਹਾ ਪੇਸਟ ਬਣ ਜਾਏ 1/2 ਚਮਚ, ਜਿਹੜਾ ਮਤਲਬ ਫੇਸ ਪੈਕ ਵਾਂਗੂ ਆਸਾਨੀ ਨਾਲ ਲੱਗ ਜਾਏ ਆਪਣੇ ਮੂੰਹ 'ਤੇ, ਹੈ ਨਾ? ਹਾਂਜੀ, ਸਹੀ ਗੱਲ ਹੈ ਜੀ। ਅਤੇ ਜ਼ਰੂਰ ਟਰਾਈ ਕਰਕੇ ਦੇਖੋ ਜੀ, ਜੇ ਹੋ ਸਕੇ ਤਾਂ ਇਹਦੇ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਸੁਕਾ ਕੇ ਉਹ ਵੀ ਪਾ ਲੈਣੀਆਂ ਨੇਗੀਆਂ, ਅਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਜੀ। ਅਤੇ ਇਸ ਪ੍ਰਕਾਰ ਇਹ ਬਣ ਜੂਗਾ ਜੀ। ਠੀਕ ਹੈ, ਖੁਸ਼ਬੂ ਦੇਖੋ ਕਿੰਨੀ ਜ਼ਿਆਦਾ ਵਧੀਆ ਆ ਰਹੀ ਹੈ, ਕੋਈ ਨੁਕਸਾਨ ਨਹੀਂ ਜੀ ਇਹਦਾ। ਅਤੇ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਲਗਾ ਲੈਣਾ ਗਾ। ਠੀਕ ਹੈ ਜੀ, ਮੇਰਾ ਹੱਥ ਸੁੱਕਾ ਸੀ ਜੀ, ਫੇਸ ਨੂੰ ਥੋੜ੍ਹਾ ਜਿਹਾ ਗਿੱਲਾ ਕਰਕੇ ਲਗਾਉਣਾ ਗਾ। ਅਤੇ ਇਹਨੂੰ ਆਪਾਂ 10 ਤੋਂ 15 ਮਿੰਟ ਰੱਖਣਾ ਜੀ, ਵੱਧ ਟਾਈਮ ਵੀ ਰੱਖ ਸਕਦੇ, ਕੋਈ ਇਹਦਾ ਮਤਲਬ ਸਾਈਡ ਇਫੈਕਟ ਨਹੀਂ ਗਾ। ਅਤੇ ਤੁਸੀਂ ਦੇਖੋਗੇ ਵੀ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਫੈਂਸੀਆਂ ਹੁੰਦੀਆਂ ਨੇ ਉਹ ਤੋਂ ਸਾਨੂੰ ਰਾਹਤ ਮਿਲਦੀ ਹੈ ਜੀ। ਅਤੇ ਜੇਕਰ ਇਹ ਚੀਜ਼ਾਂ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਤਾਂ ਆਪਾਂ ਇੱਕ ਦੱਸਿਆ ਹੋਇਆ ਸੀ ਜੀ ਨਿੰਮ ਦਾ ਪੇਸਟ ਕੱਢ ਲੈਣਾ ਗਾ, ਨਿੰਮ ਦੇ ਪੱਤਿਆਂ ਦਾ ਪੇਸਟ, ਅਤੇ ਇੱਕ ਆਪਾਂ ਦੱਸਿਆ ਸੀ ਸਰੀਂਹ ਦੇ ਪੱਤੇ, ਉਹਦਾ ਪੇਸਟ ਕੱਢ ਕੇ ਉਹਦਾ ਜਿਹੜਾ ਪਾਣੀ ਬਣ ਜਾਂਦਾ ਗਾ ਉਹਦੇ ਵਿੱਚ ਐਲੋਵੇਰਾ ਜੈਲ ਮਿਕਸ ਕਰਕੇ, ਮਤਲਬ ਇੱਕ ਕਰੀਮ ਜੀ ਬਣ ਜੋ 4-5 ਦਿਨ ਚੱਲ ਜਾਂਦੀ ਆ, ਉਹ ਵੀ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਫੈਂਸੀਆਂ 'ਤੇ, ਬਹੁਤ ਹੀ ਜ਼ਿਆਦਾ ਉਹਦੇ ਨਾਲ ਵਧੀਆ ਰਿਜ਼ਲਟ ਮਿਲਦਾ ਜੀ। ਸੋ ਜਿਹੜੀ ਉਹ ਮਤਲਬ ਕਈਆਂ ਨੂੰ ਉਹ ਪਸੰਦ ਉਹ ਯੂਜ ਕਰ ਸਕਦੇ ਨੇ, ਜਿਹੜੇ ਉਹ ਨਹੀਂ ਮਤਲਬ ਕਈ ਵਾਰ ਸਰੀਂਹ ਦੇ ਪੱਤੇ ਨਹੀਂ ਮਿਲਦੇ, ਤਾਂ ਉਹ ਜਿਹੜੀਆਂ ਇਹ ਚੀਜ਼ਾਂ ਨੇ ਪੰਸਾਰੀ ਤੋਂ ਆਪਾਂ ਨੂੰ ਮਿਲੀ ਜਾਂਦੇ ਨੇ, ਜਿਵੇਂ ਤੁਲਸੀ ਸੁੱਕੀ ਹੋਈ, ਤਾਂ ਇਹ ਲਿਆ ਕੇ ਇਹ ਟਰਾਈ ਕਰਕੇ ਦੇਖ ਸਕਦੇ ਨੇ। ਸੋ ਅਲੱਗ ਅਲੱਗ ਬਾਡੀ ਹੁੰਦੀ ਜੀ, ਅਲੱਗ ਅਲੱਗ ਮਤਲਬ ਇਫੈਕਟ ਹੁੰਦੇ ਨੇਗੇ, ਕਿਸੇ ਨੂੰ ਕੋਈ ਚੀਜ਼ ਸ਼ੂਟ ਕਰਦੇ, ਕਿਸੇ ਨੂੰ ਕੋਈ, ਅਤੇ ਇਹ ਮਤਲਬ ਚੀਜ਼ਾਂ ਨੇ ਜਿਹੜੀਆਂ ਫਾਇਦੇ ਕਰਦੀਆਂ ਨੇ ਜੀ। ਸੋ ਜ਼ਰੂਰ ਟਰਾਈ ਕਰਿਓ ਜੀ। ਅਤੇ ਹੁਣ ਜਿਹੜਾ ਆਪਾਂ ਚਾਹ ਦਾ ਮਸਾਲਾ ਬਣਾਇਆ ਜੀ, ਉਹ ਵੀ ਹੁਣ ਗਰਮੀ ਵਾਸਤੇ ਬਣਾਏਗਾ, ਸੋ ਗਰਮੀ 'ਚ ਜ਼ਰੂਰ ਬਣਾਇਓ, ਕਿਉਂਕਿ ਬਹੁਤ ਵਧੀਆ ਉਹਦੇ ਵਿੱਚ ਇੱਕ ਚਾਹ 'ਚ ਬਹੁਤ ਵਧੀਆ ਮਤਲਬ ਫਲੇਵਰ ਵੀ ਆਉਂਦਾ ਗਾ, ਅਤੇ ਆਪਣੀ ਸਿਹਤ ਵਾਸਤੇ ਬਹੁਤ ਫਾਇਦਾ ਕਰਦਾ। ਅਤੇ ਇਹ ਜਿਹੜਾ ਆਪਾਂ ਪੈਕ ਬਣਾਇਆ ਜੀ, ਇਹ ਬਣਾਇਆ ਜੀ ਫੈਂਸੀਆਂ ਵਾਸਤੇ, ਅਤੇ ਇਹ ਵੀ ਤੁਸੀਂ ਜ਼ਰੂਰ ਜਿਹਨਾਂ ਦੇ ਫੈਂਸੀਆਂ ਦੀ ਪ੍ਰੋਬਲਮ ਆ ਜ਼ਰੂਰ ਟਰਾਈ ਕਰਕੇ ਦੇਖਣ ਜੀ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।